ਸਤਿ ਸ਼੍ਰੀ ਅਕਾਲ ਜੀ, ਤੁਸੀਂ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਅਤੇ ਮੇਰੇ ਨਾਲ ਸਵੇਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੇ ਗੱਲਬਾਤ ਕਰ ਲੈਂਦੇ ਹਾਂ। ਦੁੱਲੋ ਸਾਹਿਬ, CM ਸਾਹਿਬ ਨੇ ਇੱਕ ਰਾਜਨੀਤੀ ਦੀ ਦੂਜੀ ਪਾਰੀ ਖੇਡਣ ਦਾ ਜਿਹੜਾ ਐਲਾਨ ਕੀਤਾ, ਕਿਵੇਂ ਦੇਖਦੇ ਹੋ ਇਸ ਘਟਨਾਕ੍ਰਮ ਨੂੰ? ਜਿਹੜੀ ਬਾਈ ਦੀ ਗੱਲ ਕੀਤੀ ਹੈ, ਹਰ ਬੰਦੇ ਦੀ ਇੱਕ ਆਕਸ਼ਾ ਹੁੰਦੀ ਹੈ ਕਿ ਮੈਂ ਆਉਂਦੇ ਸਾਲਾਂ 'ਚ ਵੀ ਆਵਾਂ। ਲੋਕਾਂ ਨੇ ਬਹੁਤ ਬੜਾ ਵਰਡਿਕਟ ਦਿੱਤਾ ਉਹਨਾਂ ਨੂੰ 2017 ਦੇ ਵਿੱਚ, ਔਰ ਲੋਕਾਂ ਨਾਲ ਵਾਅਦੇ ਵੀ ਬਹੁਤ ਕੀਤੇ ਨੇ, ਔਰ ਖਾਸ ਤੌਰ 'ਤੇ ਸ਼ਡਿਊਲ ਕਾਸਟਾਂ ਨਾਲ, ਕਿਸਾਨਾਂ ਨਾਲ, ਵਪਾਰੀਆਂ ਨਾਲ, ਇੰਪਲਾਈਜ ਨਾਲ, ਬੇਰੁਜ਼ਗਾਰਾਂ ਨਾਲ। ਔਰ ਮੈਂ ਤਾਂ ਇਹੀ ਕਹਾਂਗਾ ਕਿ ਮਨ 'ਚ ਹੈ ਉਹਨਾਂ ਦੇ 22 'ਚ ਆਉਣਾ ਹੈ ਤਾਂ ਆਪਣੇ ਵਾਅਦੇ ਪੂਰੇ ਕਰਨ, ਇੰਪਲਾਇਮੈਂਟ ਦੇਣ ਬੱਚਿਆਂ ਨੂੰ, ਜਿਹੜੇ ਆਂਗਣਵਾੜੀ ਹੈ ਜਾਂ ਅਧਿਆਪਕ ਹੈ ਜਾਂ ਕਰਮਚਾਰੀ ਹੈ, ਇਹਨਾਂ ਦਾ ਬਣਦਾ ਜੋ ਹੱਕ ਬਣਦਾ ਉਹ ਦੇਣ। ਔਰ ਕਿਸਾਨ ਅੱਜ ਵੀ ਖੁਦਕੁਸ਼ੀਆਂ ਕਰਦਾ, ਲੈਂਡਲੈਸ, ਸ਼ਡਿਊਲ ਕਾਸਟਾਂ ਨਾਲ ਤਾਂ ਮੈਂ ਸਮਝਦਾ ਵੀ ਬਹੁਤ ਜ਼ਿਆਦਾ ਧੱਕਾ ਹੋਇਆ। ਇਹ ਜਿਹੜੀ ਸਕੋਲਰਸ਼ਿਪ ਦੀਆਂ ਗੱਲ ਕਰ ਲਈਏ, ਪੈਨਸ਼ਨਾਂ ਦੀ ਗੱਲ ਕਰ ਲਈਏ, ਆ ਜ਼ਮੀਨਾਂ ਖੋਣ ਦੀ ਗੱਲ ਕੀਤੀ ਹੈ, ਬਿਜਲੀ ਦੇ ਬਿੱਲਾਂ ਦੀ ਗੱਲ ਹੈ, ਇਹ ਪਹਿਲਾਂ ਤਾਂ ਜੇ ਦੁਆਰਾ ਆਉਣਾ ਹੈ ਤਾਂ ਲੋਕਾਂ ਦੀ ਲੋਕ ਲਿਆਉਂਦੇ ਹੁੰਦੇ ਨੇ। ਅੱਗੇ 2017 'ਚ ਵੀ ਲੋਕ ਲਿਆ ਨੇ, ਲੋਕਾਂ ਨਾਲ ਜੋ ਉਹਨਾਂ ਨੇ ਆਪਣੇ ਮੈਨੀਫੈਸਟੋ 'ਚ ਕਿਹਾ, ਜੇ ਪੂਰਾ ਨਹੀਂ ਕਰ ਸਕਦੇ ਕੁਛ ਤਾਂ ਅੱਧਾ ਪਛਾਧੇ ਕਰ ਦੇਣਾ, ਅਜੇ ਤਾਂ ਕੁਛ ਦਿਖ ਨਹੀਂ ਰਿਹਾ। ਕਿਹਾ ਜ਼ਰੂਰ ਹੈ ਕਿ ਮੈਂ 169 ਵਾਅਦੇ ਪੂਰੇ ਕਰਤੇ, ਪਰ ਮੈਂ ਸਮਝਦਾ ਕਿਉਂਕਿ ਮੈਂ ਵੀ ਘੋਖ ਕੀਤੀ ਹੈ, ਉਹ ਇੱਕ ਅੰਕੜੇ ਜਿਹੜੇ ਦਿੱਤੇ ਨੇ ਉਹ ਮੈਨੂੰ ਲੱਗਦਾ ਅਫਸਰਾਂ ਨੇ ਤਿਆਰ ਕਰਕੇ ਦੇ ਕੇ ਉਹ ਉਹਨਾਂ ਨੇ ਬੋਲਤੇ। ਇਸ ਲਈ ਜੇ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਦੁਆਰਾ ਬਣਨਾ ਹੈ ਤਾਂ ਲੋਕਾਂ ਦੇ ਜਿਹੜੇ ਵਾਅਦੇ ਕੀਤੇ ਹੋਏ ਨੇ 2017 'ਚ, ਨਸ਼ਿਆਂ ਦੀ ਗੱਲ ਹੈ, ਕਿਸਾਨਾਂ, ਸ਼ਡਿਊਲ ਕਾਸਟ, ਬੇਜ਼ਮੀਨੇ, ਇੰਪਲਾਈਜ਼ ਔਰ ਇੰਪਲਾਇਮੈਂਟ ਦੀ ਗੱਲ ਕਰਦੇ ਹਾਂ, ਇਹ ਜਿਹੜੀਆਂ ਗੱਲਾਂ ਨੇ ਇਹ ਪੂਰੀਆਂ ਕਰਨੀਆਂ ਪੈਣਗੀਆਂ। ਕਿਵੇਂ ਹੋਣਗੀਆਂ ਸਰ? ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਮਨਪ੍ਰੀਤ ਬਾਦਲ ਕਹਿ ਰਹੇ ਹੈ ਵਿੱਤੀ ਸੰਕਟ ਹੈ, ਇਹ ਵਾਅਦੇ ਪੂਰੇ ਕਿਵੇਂ ਹੋਣਗੇ, ਫਿਰ 22 'ਚ ਕਿਵੇਂ ਆਉਂਗੇ? ਸਵਾਲ ਇਹ ਹੈ, ਇਹ ਸਰਕਾਰ ਨੇ ਦੇਖਣਾ ਹੈ। ਜੇ ਫਾਈਨੈਂਸ਼ੀਅਲ ਕ੍ਰਾਈਸਿਸ ਹੈ, ਜੇ ਸਟੇਟ ਦੀ ਇਕਾਨੋਮੀ ਹੈ, ਇਹ ਅਕਾਲੀਆਂ ਦੇ ਖਿਲਾਫ ਲੋਕਾਂ ਨੇ ਵਰਡਿਕਟ ਦਿੱਤਾ ਇਹਨੂੰ, ਕਾਂਗਰਸ ਨੂੰ, ਕੈਪਟਨ ਮੁੱਖ ਮੰਤਰੀ ਬਣਿਆ ਹੈ। ਜੇ ਆਪਾਂ ਅੱਜ ਵੀ ਭੰਡੀ ਲਈਏ ਅਕਾਲੀ ਜੀ ਕਰ ਗਏ ਜੀ, ਉਹ ਤਾਂ ਕਰ ਗਏ, ਜੇ ਉਹ ਜੇ ਮਾੜਾ ਨਾ ਕਰਦੇ ਤੁਹਾਨੂੰ ਰਾਜ ਕਿਹਨੇ ਦੇਣਾ ਸੀ? ਹੁਣ ਰਾਜ ਹੈ ਕੈਪਟਨ ਦਾ, ਹੁਣ ਕੈਪਟਨ ਸੋਚੇ ਵੀ ਇਸ ਦਲਦਲ 'ਚੋਂ ਕਿਵੇਂ ਨਿਕਲਣਾ, ਇਸ ਕ੍ਰਾਈਸਿਸ 'ਚੋਂ ਕਿਵੇਂ ਨਿਕਲਣਾ, ਇਹ ਕੈਪਟਨ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਦੁਬਾਰਾ ਆਉਣਾ। ਸਿੱਧੂ ਸਾਹਿਬ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਆਉਣ ਵਾਲੇ 2 ਸਾਲਾਂ 'ਚ? ਹਾਂਜੀ, ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਨੂੰ ਕਿਵੇਂ ਆਖਦੇ ਹਾਂ? ਇਹ ਤਾਂ ਸਿੱਧੂ ਨਾਲ ਗੱਲ ਤੁਸੀਂ ਕਰਿਓ ਸਰ, ਕਿਸੇ ਬਾਰੇ ਕਮੈਂਟ ਨਹੀਂ ਕਰਨੇ। 2022 ਦੇ ਵਿੱਚ ਤੁਸੀਂ ਪੰਜਾਬ ਦੀ ਸਿਆਸਤ 'ਚ ਫਿਰ ਸਰਗਰਮ ਹੋਵੋਗੇ ਜੀ? ਨਹੀਂ, ਮੈਂ ਹਮੇਸ਼ਾ ਸਮਰਾਂਗਾ, ਮੈਂ ਤਾਂ 15 ਸਾਲ ਦਾ ਸਰਗਰਮ ਹੈ, ਅੱਜ ਮੈਂ 70 ਸਾਲ ਦਾ ਹੋ ਗਿਆ, ਮੈਨੂੰ ਤਾਂ 50 ਸਾਲ ਹੋ ਗਏ ਸਰਗਰਮ। ਮੈਂ ਤਾਂ ਸਟੂਡੈਂਟ, ਮੇਰਾ ਪਿਓ ਕੋਈ ਮਿਨਿਸਟਰ ਨਹੀਂ ਸੀ, ਠੀਕ ਹੈ, ਕੋਈ ਪੋਲੀਟੀਕਲ ਲੀਡਰ ਨਹੀਂ ਸੀ, ਮੈਂ ਤਾਂ ਇੱਕ ਸਟੂਡੈਂਟ ਮੂਵਮੈਂਟ ਜੋ ਸੀ ਕਾਲਜ ਦਾ ਇੱਕ ਸੈਕਟਰੀ ਸੀ, ਔਰ 19 ਸਾਲ ਦੀ ਉਮਰ 'ਚ ਮੈਂ ਜੇਲ੍ਹ 'ਚ ਰਿਹਾ ਇਸ ਮੂਵਮੈਂਟ ਦੇ ਤੌਰ 'ਤੇ। ਮੇਰਾ ਕੋਈ, ਅੱਜ ਕੱਲ੍ਹ ਤਾਂ ਲੀਡਰ ਬਣਦੇ ਨੇ ਜਾਂ ਪੈਸੇ ਨਾ, ਪੈਸੇ ਦਿਓ ਅਤੇ ਲੀਡਰ, ਕਿਉਂਕਿ ਸਾਰੀ ਪਾਰਟੀਆਂ ਦਾ ਬੁਰਾ ਹਾਲ ਹੈ, ਮਾਫੀਆ ਲੋਕ ਅੱਗੇ ਆ ਗਏ, ਕਾਂਗਰਸ 'ਚ ਵੀ ਇਹੀ ਕੁਛ ਸਾਰੀਆਂ ਪਾਰਟੀਆਂ 'ਚ ਇਹੀ ਹਾਲ ਹੈ, ਸਾਰੀਆਂ 'ਚ ਹਾਲ ਹੈ, ਬਿਜ਼ਨਸ ਬਣ ਗਿਆ ਸਿਆਸਤ, ਲੋਕਾਂ ਨੂੰ ਸੋਚਣਾ ਚਾਹੀਦਾ, ਚੰਗੇ ਬੰਦੇ ਅੱਗੇ ਲਿਆਉਣ। CA ਕੇਂਦਰ ਸਰਕਾਰ ਦਾ CA ਕਾਨੂੰਨ ਆ, ਕਿਵੇਂ ਦੇਖਦੇ ਹੋ? ਉਹਨੂੰ ਵਿਰੋਧ ਹੋ ਰਿਹਾ ਦੇਸ਼ ਦੇ ਵਿੱਚ, ਸਟੂਡੈਂਟ ਵੱਡੇ ਪੱਧਰ 'ਤੇ ਜਿਹੜਾ ਇਹਦਾ ਵਿਰੋਧ ਕਰ ਰਹੇ ਹਾਂ ਜੀ। ਸਵਾਲ ਇਹ ਹੈ, ਜਿਹੜਾ ਕੇਂਦਰ ਨੇ ਜਿਹੜਾ ਇਹ ਲਿਆਂਦਾ ਐਕਟ ਲਿਆਂਦਾ CA ਜਿਹਨੂੰ ਕਹਿੰਦੇ ਨੇ ਆਪਾਂ, ਇਹਦੇ ਨਾਲ ਉਹ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਨੇ ਲੋਕਾਂ ਦੇ ਵਿੱਚ, ਧਰਮ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ। ਚੰਗਾ ਹੁੰਦਾ ਜੇ ਉਹ ਮਨੋਰਟੀ ਵੀ ਲੈ ਲੈਂਦੇ, ਇੱਕ ਲਫ਼ਜ਼ ਹੀ ਲਿਖਣਾ ਸੀ ਜਿੱਥੇ ਉਹਨਾਂ ਨੇ ਸਿੱਖ, ਇਸਾਈ, ਕ੍ਰਿਸਚਨ ਲਿਖੇ ਨੇ, ਹੈ ਜੀ, ਜੇ ਮੁਸਲਮਾਨਾਂ 'ਤੇ ਤਸ਼ੱਦਦ ਹੁੰਦਾ ਕਿਸੇ ਕੰਟਰੀ 'ਚ, ਔਰ ਉਹ ਪੁਰਾਣੇ ਹਿੰਦੁਸਤਾਨੀ ਹੈ, ਜੇ ਇੱਥੇ ਆ ਕੇ ਨਾਗਰਿਕਤਾ ਲੈਣੀ ਚਾਹੁੰਦੇ ਲੈ ਲੈਣ, ਇਹਨਾਂ ਨੂੰ ਕੀ ਪੀੜਾ ਹੈ? ਇਸ ਕਰਕੇ ਇਹ ਹਿੰਦੂ ਕਾਸਟ ਗੱਲ ਕਰਦੇ ਨੇ, ਹਿੰਦੂ ਕੈਡਰ ਬਣਾਉਣਾ ਚਾਹੀਦਾ ਇਸ ਨੂੰ। ਇਹ ਭਾਰਤ ਆ ਜਿਹੜਾ, ਇਹ ਸਭ ਦਾ ਸਾਂਝਾ ਹੈ, ਇੱਥੇ ਕਿੰਨੇ ਧਰਮ ਨੇ, ਕਿੰਨੇ ਮਜ਼ਹਬ ਨੇ, ਕਿੰਨੀਆਂ ਜਾਤਾਂ ਨੇ।
ਠੀਕ ਹੈ। ਇਹ ਹਿੰਦੂ ਕਾਰਡ ਖੇਡਦੇ ਨੇ ਪੋਲਰਾਈਜੇਸ਼ਨ ਕਰਕੇ, ਕਦੇ ਰਾਮ ਮੰਦਰ ਦੀ ਗੱਲ ਕਰਦੇ ਨੇ, ਕਦੇ ਮਸਜਿਦ ਢਾਉਣ ਦੀ ਗੱਲ ਕਰਦੇ ਨੇ। ਇਹ ਮੰਦਰ ਦੇ ਨਾਂ 'ਤੇ ਸਾਡਾ ਮੰਦਰ ਢਾਤਾ ਇਹਨਾਂ ਨੇ ਰਵਿਦਾਸ ਮਹਾਰਾਜ ਦਾ ਦਿੱਲੀ ਦੇ ਵਿੱਚ, ਅਸੀਂ ਉਹਦੇ ਲਈ ਜਦੋਂ ਜਾਇਦ ਕਰਦੇ ਹਾਂ। ਇੱਕ ਪਾਸੇ ਮੰਦਰ ਬਣਾਉਂਦੇ ਨੇ, ਦੂਜੇ ਪਾਸੇ ਸਾਡਾ ਢਾਉਂਦੇ ਨੇ। ਠੀਕ ਹੈ, ਬਹੁਤ ਮਿਹਰਬਾਨੀ। ਸੋ ਇਸ ਰਾਜਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ, ਇਹਨਾਂ ਦਾ ਕਹਿਣਾ ਕਿ ਰਾਜਨੀਤੀ ਜਿਹੜਾ ਇੱਕ ਪੇਸ਼ਾ, ਜਿਹੜਾ ਰਾਜਨੀਤਿਕ ਧੰਦਾ, ਇੱਕ ਜਿਹੜਾ ਪੈਸੇ ਵਾਲੇ ਲੋਕਾਂ ਦਾ ਧੰਦਾ ਬਣ ਕੇ ਰਹਿ ਗਿਆ, ਬਿਜ਼ਨਸ ਦਾ ਧੰਦਾ ਬਣ ਕੇ ਰਹਿ ਗਿਆ। ਕੈਮਰਾ ਪਰਸਨ ਕਮਲ ਜੀ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156005085 'ਤੇ।